ਤਸਮੈ ਸ਼੍ਰੀ ਗੁਰਵੇ ਅਖੰਡ ਮੰਡਲਾਕਾਰਮ ਅਖੰਡ ਮੰਡਲਾਕਾਰਮ ਵਿਆਪਤਮੇਵ ਸਚਰਾਚਰਮ ਤਤ੍ਰ ਦਰਸ਼ਿਤਮ ਕੁਰੁ ਮੇ ਦੇਵਾ ਸਰਵਕਾਰੇਸੁ ਸਰਵ ਮੰਗਲਂ ਭਗਵਾਨ ਵਿਸ਼ਨੁ ਮੰਗਲਂ ਗਰੁੜੋ ਧਵਜ ਮੰਗਲਂ ਭਗਵਾਨ ਵਿਸ਼ਨੁ ਮੰਗਲਂ ਗਰੁੜੋ ਧਵਜ ਮੰਗਲਂ ਪੁਨ੍ਰਿਕਾਕ್ಷ ਮੰਗਲਾਯਤਨੋ ਹਰਿ ਮੋਕਂ ਕਰੋਤਿ ਵਾਚਾਲਂ ਪੰਗੁਂ ਲੰਘਯਤੇ ਗਿਰਿਂ ਯਤ ਕ੍ਰਿਪਾ ਤੁਮਹਮ ਬੰਦੇ ਯਤ ਕ੍ਰਿਪਾ ਤੁਮਹਮ ਬੰਦੇ ਸ਼੍ਰੀ ਪਰਮਾਨੰਦ ਮਾਧਵ ਗਜਾਨਨਮ ਭੂਤਗਣਾਦਿ ਸੇਵਿਤਮ ਕਫਿਥ ਜੰਬੂਫਲ ਚਾਰੁ ਭਕ್ਸ਼ਣ ਉਮਾ ਸੁਤੰ ਸ਼ੋਕ ਵਿਨਾਸ਼ਕਾਰਕੰ ਨਮਾਮਿ ਵਿਘਨੇਸ਼ਵਰ ਪਾਦਪੰਕਜੰ ਪਰਮ ਸਤਿਕਾਰਯੋਗ ਪਰਮ ਪਿਤਾ ਪਰਮਾਤਮਾ ਪਰਮ ਪਿਤਾ ਪਰਮਾਤਮਾ ਕੀ ਸ਼ਰਣ ਮੇ ਬਸਤਾ ਹੁਆ ਯੇ ਸਮੂਚਾ ਸੰਸਾਰ ਅਨੋਖਾ ਸੰਸਾਰ ਇਸ ਅਨੋਖੇ ਸੰਸਾਰ ਮੇ ਹਮ ਔਰ ਆਪ ਸਭ ਲੋਕ ਆਪਣੇ ਜੀਵਨ ਕਾ ਆਚਰਣ ਔਰ ਵਿਚਰਨ ਕਰ ਰਹੇ ਹਾਂ ਸੰਸਾਰ ਕਿਆ ਹੈ ਸੱਚਮੁੱਚ ਬੜਾ ਅਨੋਖਾ ਹੈ ਔਰ ਉਸਸੇ ਵੀ ਅਨੋਖੇ ਪਰਮ ਪਿਤਾ ਪਰਮਾਤਮਾ ਜਿਨ੍ਹਾਂ ਨੇ ਕਸਮ ਹੋ ਗਈ ਔਰ ਹਮਾਰੇ ਬੀਚ ਮੈਂ ਜੈਸੇ ਕਿ ਮੁਝੇ ਜਾਣਕਾਰੀ ਮਿਲੀ ਹੈ ਸ਼੍ਰੀਮਤੀ
ਸੰਤੋਸ਼ ਕੁਮਾਰੀ ਜੀ ਮੁਦਰੇਜਾ, ਸ਼੍ਰੀ ਅਨੰਦਪੁਰ ਸਾਹਿਬ ਜੀ ਕੀ ਕੁਟੀਆ, ਸੇਵਕਾ ਬੜਾ ਪ੍ਰੇਮ ਸਤਿਕਾਰ, ਉਨਕਾ ਆਸ਼ੀਰਵਾਦ ਵਹਾਂ ਸੇ ਉਨਕੋ ਮਿਲਾ ਥਾ, ਲਿਆ ਥਾ। ਤੋ ਕੁਟੀਆ ਸੇ ਹਮਾਰੇ ਬੀਚ ਮੇਂ ਆਏ ਹੋਏ ਹੈ, ਉਹ ਵੀ ਆਪਣੇ ਵਾਣੀ ਸੇ ਸ਼ਰਧਾ ਸੁਮਨ ਜਿਤਨੀ ਦੇਰ ਰਸਮ ਉਠਾਨੇ ਕੀ ਰਸਮ ਹੋਗੀ, ਉਸਕੇ ਬਾਅਦ ਹਮਾਰੇ ਬੀਚ ਮੇਂ ਬਹੁਤ ਸਾਰੀ ਸੰਸਥਾਓਂ ਕੇ ਸ਼ੋ ਪ੍ਰਸਤਾਵ ਵੀ ਆਏ ਹੋਗੀ, ਯਹਾਂ ਸੇ ਬੋਲੇ ਜਾਏਂਗੇ, ਔਰ ਫਿਰ ਭਗਵਾਨ ਸ਼੍ਰੀ ਕੀ ਆਰਤੀ ਹੋਗੀ, ਔਰ ਉਸਕੇ ਬਾਅਦ ਸਭ ਆਪਣੇ ਆਪਣੇ ਨਿਵਾਸ ਸਥਾਨ ਕੇ ਲਈ ਵਿਸਰਜਨ ਕਰੇਂਗੇ। ਤੋ ਅਨੰਦਪੁਰ ਸਾਹਿਬ ਕੁਟੀਆ ਗੁਰੂ ਜੀ ਕੇ ਸਿਮਰਨ ਮਾਤਰ ਸੀ, ਨਾਸ਼ਕ ਵਿਗਨ ਅਨੰਤ। ਸੰਪੂਰਨ ਕਰਕੇ ਸ਼੍ਰੀ ਸਤਿਗੁਰ ਦੇਵ ਦਾਤਾ ਦਿਆਲ ਜੀ ਮਹਾਰਾਜ ਜੀ ਕੇ ਚਰਨੋਂ ਮੇਂ ਪਹੁੰਚ ਗਈ ਹੈ। ਸ਼੍ਰੀ ਗੁਰੂ ਮਹਾਰਾਜ ਜੀ ਇਸ ਪਵਿੱਤਰ ਆਤਮਾ ਕੋ ਆਪਣੇ ਚਰਨੋਂ ਮੇਂ ਸਥਾਨ ਦੇ, ਇਨਕਾ ਸ਼੍ਰੀ ਗੁਰੂ ਮਹਾਰਾਜ ਜੀ ਕੇ ਚਰਨੋਂ ਮੇਂ ਕਿਤਨਾ ਅਟੂਟ ਪਿਆਰ, ਕਿਤਨੀ ਇਨਕੀ ਸ਼ਰਧਾ ਥੀ, ਇਸ ਛੋਟੀ ਸੀ ਜ਼ੁਬਾਨ ਸੇ ਨਹੀਂ ਕਹਾ ਜਾ ਸਕਤਾ। ਹਰ ਸਮੇਂ ਇਨਕੇ ਜ਼ੁਬਾਨ ਪਰ ਸ਼੍ਰੀ ਸਤਿਗੁਰ ਦੇਵ ਮਹਾਰਾਜ ਜੀ ਕਾ ਨਾਮ ਹੀ ਰਹਿਤਾ ਥਾ। ਇਤਨੀ ਇਨ੍ਹੋਂ ਭਗਤੀ ਕਰੀ, ਇਤਨਾ ਸਿਮਰਨ ਕੀਆ ਕਿ ਹੇ ਜੀਵ, ਤੂੰ ਇਸ ਸੰਸਾਰ ਮੇਂ ਕਿਸ ਲਈ ਆਇਆ ਹੈ? ਕੇਵਲ ਕੇਵਲ ਮਾਲਿਕ ਕਾ ਭਜਨ ਭਗਤੀ ਕਰਨੇ ਕੇ ਲੀਏ। ਮਾਨੁਸ਼ ਚੋਲਾ ਮਿਲ ਜਾਣਾ ਬੜੇ ਭਾਗੋਂ ਕੀ ਨਿਸ਼ਾਨੀ ਹੋਤੀ ਹੈ। ਕਹਤੇ ਸਵਾਸੋਂ ਕੀ ਮਿਲੀ ਅਨਮੋਲ ਪੂੰਜੀ, ਇਸਕੀ ਕਦਰ ਤੂੰ ਜਾਣ ਲੇ, ਇੱਕ ਇੱਕ ਸਵਾਸ ਕੀ ਕੀਮਤ ਭਾਰੀ, ਦੇਖ ਜਰਾ ਪਹਿਚਾਨ ਲੀ। ਨਿਕਲ ਗਿਆ ਜਬ ਸਮੇਂ ਹਾਥ ਸੇ, ਤਲੀਆ ਮਲ ਪਛਤਾਏਗਾ, ਰੋਨੇ ਕੇ ਸਿਵਾਏ ਪਿਆਰੇ ਪ੍ਰਾਣੀ ਕੁਛ ਨਾ। ਸ਼੍ਰੀ ਵਿਸ਼ਵਕਰਮਾ ਦੀ ਮਹਾਨ ਸਭਾ ਔਰ SBS ਨਗਰ ਕੌਂਸਲਰ ਕਮੇਟੀ ਫਗਵਾੜਾ ਔਰ ਮੰਦਰ ਕਮੇਟੀ ਸ਼੍ਰੀ ਸਿੱਧ ਬਾਬਾ ਬਾਲਕ ਨਾਥ, ਇਹ ਸਾਰੇ ਪ੍ਰਸਤਾਵ ਮੇਰੇ ਕੋਲ ਆਏ ਨੇ। ਮੈਂ ਮਾਫ਼ੀ ਚਾਹੂੰਗਾ ਅਗਰ ਕੋਈ ਨਹੀਂ ਪੜ੍ਹਿਆ ਗਿਆ, ਕਿਉਂਕਿ ਜ਼ਿੰਦਗੀ ਇੱਕ ਐਸੀ ਹੈ ਜਿਸ ਨੂੰ ਅਸੀਂ ਚਲਾਉਂਦੇ ਹੋਏ ਅੱਗੇ ਚੱਲ ਰਹੇ ਹਾਂ, ਪਰ ਕਦੋਂ ਪਰਮਾਤਮਾ ਦਾ ਬੁਲਾਵਾ ਆ ਜਾਂਦਾ ਹੈ ਤਾਂ ਇਨਸਾਨ ਜਿਹੜਾ ਹੈ ਸਾਡੇ ਇਸ ਦੁਨੀਆਂ ਨੂੰ ਵਿਛੋੜਾ ਦੇ ਕੇ ਚਲੇ ਜਾਂਦਾ ਹੈ। ਪਰ ਆਓ, ਕਿਉਂਕਿ ਇਹ ਸਵਾਸ ਬੜੇ ਬਹੁ ਮੁੱਲੇ ਹੈ, ਇਹ ਮਿਲਦੇ ਨਹੀਂ ਹੈ ਕੈਸੇ। ਸਵਾਸਾਂ ਨੂੰ ਨਾ ਰੋਲ ਬੰਦਿਆ, ਕਹਿੰਦੇ ਸਵਾਸੋਂ ਕੋ ਮਤ ਗਵਾਓ, ਬੜੇ ਬਹੁ ਮੁੱਲੇ ਹੈ। ਸਵਾਸਾਂ ਨੂੰ ਨਾ ਰੋਲ ਬੰਦਿਆ, ਨਹੀਂ ਲੱਭਣੇ ਲਾਲ ਗਵਾਚੇ,
तो दुनिया से चला जाता दोबारा आता नहीं है प्यारे श्रोताओ। स्वासा लो ना नहीं हो लपने तार दो भगवान सब कुछ है तेरा तुझको अर्पण तेरा तेरो अर्पण प्यारा मेरा ओम जय जगदीश हरे श्याम सुंदर जी की आरती जो कोई नर गावे भगवान प्रेम सहित गावे हेलो
ਤਸਮੈ ਸ਼੍ਰੀ ਗੁਰਵੇ ਅਖੰਡ ਮੰਡਲਾਕਾਰਮ ਅਖੰਡ ਮੰਡਲਾਕਾਰਮ ਵਿਆਪਤਮੇ ਸਚਰਾਚਰਮ ਤਤ ਪ੍ਰਦਰਸ਼ਿਤਮ ਪੁਰਮੇ ਦੇਵਾ ਸਰਵਕਾਰੇ ਸੁਸੰਗ ਮੰਗਲਮ ਭਗਵਾਨ ਵਿਸ਼ਨੁ ਮੰਗਲਮ ਗਰੁੜੋਧਵਜ ਮੰਗਲਮ ਭਗਵਾਨ ਵਿਸ਼ਨੁ ਮੰਗਲਮ ਗਰੁੜੋਧਵਜ ਮੰਗਲਮ ਪੁਨ੍ਰਿਕਾਕ್ಷ ਮੰਗਲਾਯਤਨੋ ਹਰਿ ਮੋਕਮ ਕਰੋਤਿ ਵਾਚਾਲਮ ਪੰਗੁਮ ਲੰਘਯਤੇ ਗਿਰਿਮ ਯਤ ਕ੍ਰਿਪਾ ਤੁਮਹਮ ਬੰਦੇ ਯਤ ਕ੍ਰਿਪਾ ਤੁਮਹਮ ਬੰਦੇ ਸ਼੍ਰੀ ਪਰਮਾਨੰਦ ਗਜਾਨਨਮ ਭੂਤਗਣਾਦਿ ਸੇਵਿਤਮ ਕਫਿਥ ਜੰਬੂਫਲ ਚਾਰੁ ਭਕ್ਸ਼ਣ ਉਮਾ ਸੁਤੰ ਸ਼ੋਕ ਵਿਨਾਸ਼ਕਾਰਕੰ ਨਮਾਮਿ ਵਿਘਨੇਸ਼ਵਰ ਪਾਦਪੰ ਗਜੰ ਪਰਮ ਸਤਿਕਾਰਯੋਗ ਪਰਮ ਪਿਤਾ ਪਰਮਾਤਮਾ ਪਰਮ ਪਿਤਾ ਪਰਮਾਤਮਾ ਕੀ ਸ਼ਰਣ ਮੇਂ ਬਸਤਾ ਹੁਆ ਯੇ ਸਮੂਚਾ ਸੰਸਾਰ ਅਨੋਖਾ ਸੰਸਾਰ ਇਸ ਅਨੋਖੇ ਸੰਸਾਰ ਮੇਂ ਹਮ ਔਰ ਆਪ ਸਭ ਲੋਕ ਆਪਣੇ ਜੀਵਨ ਕਾ ਆਚਰਣ ਔਰ ਵਿਚਰਨ ਕਰ ਰਹੇ ਹਾਂ ਸੰਸਾਰ ਕਿਆ ਹੈ ਸੱਚਮੁੱਚ ਬੜਾ ਅਨੋਖਾ ਹੈ ਔਰ ਉਸਸੇ ਵੀ ਅਨੋਖੇ ਪਰਮ ਪਿਤਾ ਪਰਮਾਤਮਾ ਜਿਨ੍ਹਾਂ ਨੇ ਇਸ ਅਨੋਖੇ ਸੰਸਾਰ ਕੀ ਅਲੱਗ ਅਲੱਗ ਰੂਹੋਂ ਕੇ ਬੀਚ ਮੇਂ ਸੰਰਚਨਾ ਕਰੀ
ਦਿਨ ਬਣਾਏ, ਰਾਤ ਬਣਾਈ, ਅਲੱਗ ਅਲੱਗ ਰਿਤੂਏ ਬਣਾਏ ਔਰ ਅਲੱਗ ਅਲੱਗ ਚਿਹਰੇ ਬਣਾ ਕਰਕੇ ਇੱਕ ਐਸਾ ਸੁੰਦਰ ਬਾਗ ਜੋ ਹੈ ਸੰਸਾਰ ਕੋ ਬਣਾਇਆ। ਐਸੇ ਪਰਮਪਿਤਾ ਪਰਮਾਤਮਾ ਕੋ ਹਮਾਰਾ ਔਰ ਆਪ ਸਭ ਕਾ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ, ਵੰਦਨ ਹੈ। ਪਿਆਰੇ ਸ਼ਰੋਤਾਓ, ਬੜੇ ਦੁਖੀ ਹਿਰਦੇ ਸੇ, ਬੜੇ ਵਿਦਿਰਨ ਹਿਰਦੇ ਸੇ ਆਜ ਮੁਝੇ ਭਗਵਾਨ ਕੇ ਇਸ ਘਰ ਮੇਂ ਇਸ ਸ਼ੋਕ ਸਭਾ ਕੇ ਬੀਚ ਮੇਂ ਕਹਿਣਾ ਪੜ ਰਹਾ ਹੈ ਕਿ ਹਮਾਰੇ ਸ਼ਹਿਰ ਕਾ ਮੁਗਰੇਜਾ ਪਰਿਵਾਰ ਇੱਕ ਅੱਛਾ ਪਰਿਵਾਰ, ਸੁੰਦਰ ਪਰਿਵਾਰ, ਉਸ ਪਰਿਵਾਰ ਕੇ ਬੀਚ ਮੈਸੇ ਉਸ ਪਰਿਵਾਰ ਕੀ ਸੰਚਾਲਿਕਾ ਮੁਖਿਆ ਸੰਚਾਲਨ ਕਰਨੇ ਵਾਲੀ ਇੱਕ ਦੇਵੀ ਸ਼੍ਰੀਮਤੀ ਸੰਤੋਸ਼ ਕੁਮਾਰੀ ਮੁਦਰੇਜਾ ਜੀ ਆਪਣੀ 72 ਵਰਸ਼ ਕੀ ਆਯੂ ਪੂਰੀ ਕਰ ਗਤ 29 ਤਾਰੀਖ ਕੋ ਭਗਵਾਨ ਸ਼੍ਰੀ ਕੇ ਚਰਨੋਂ ਮੇਂ ਵਿਲੀਨ ਹੋ ਗਈ। ਆਜ ਹਮ ਔਰ ਆਪ ਸਭ ਮੇਰੇ ਬਜ਼ੁਰਗ, ਮੇਰੇ ਬੰਧੂ, ਮੇਰੀ ਮਾਤਰ ਸ਼ਕਤੀ ਮਾਤਾਏ ਰਹੇ ਨੇ, ਆਜ ਉਨ੍ਹੇ ਇਸ ਰਸਮ ਚੌਥੇ ਪਰ ਸ਼ਰਧਾ ਸੁਮਨ ਅਰਪਿਤ ਕਰਨੇ ਕੇ ਲੀ ਯਹਾਂ ਪਰ ਇਕੱਠੇ ਹੋਏ, ਇਕੱਤਰਿਤ ਹੋਏ। ਮੇਰੀ ਸਭੀ ਸੇ ਯੇ ਦੁਆ ਰਹੇਗੀ, ਪ੍ਰਾਰਥਨਾ ਰਹੇਗੀ ਕਿ ਜਿਤਨੀ ਦੇਰ ਹਮ ਯਹਾਂ ਬੈਠੇ, ਜੈਸੇ ਘੰਟੇ ਕਾ ਸਮੇਂ ਹੁੰਦਾ ਹੈ ਤੋ ਉਸ ਸਮੇਂ ਕੋ ਹਮ ਸਿਰਫ ਪ੍ਰਭੂ ਕੇ ਚਰਨੋਂ ਮੇਂ ਔਰ ਉਸ ਦਿਵੰਗਤ ਆਤਮਾ ਕੇ ਪ੍ਰਤੀ ਆਪਣੀ ਮਨ ਆਪਣੀ ਸ਼ਰਧਾ ਸੇ ਉਨਕੋ ਸ਼ਰਧਾਂਜਲੀ ਦੇ। ਯਹੀ ਹਮਾਰੀ ਔਰ ਆਪ ਸਭ ਕੀ ਇੱਕ ਅੱਛੀ ਸ਼ਰਧਾਂਜਲੀ ਹੋਗੀ। ਪਿਆਰੇ ਸ਼੍ਰੋਤਾਓ, ਜਿਸ ਤਰ੍ਹਾਂ ਕਿ ਮੈਨੇ ਆਪਕੋ ਕਹਾ, ਯੇ ਸੰਸਾਰ ਨਸ਼ਵਰ ਹੈ। ਜਬ ਇਨਸਾਨ ਆਤਾ ਹੈ ਤੋ ਜਾਣੇ ਕਾ ਸਮੇਂ ਨਿਸ਼ਚਿਤ ਹੋ ਜਾਤਾ ਹੈ ਔਰ ਯੇ ਵੀ ਸਭੀ ਕੋ ਪਤਾ ਹੈ, ਸਭ ਜਾਣਤੇ ਹੈ ਕਿ ਇਸ ਸੰਸਾਰ ਕੀ ਬੀਚ ਮੇਂ ਜੋ ਵੀ ਜੀਵ ਆਤਾ ਹੈ ਉਹ ਮਾਂ ਕੇ ਗਰਭ ਸੇ ਹੀ ਆਤਾ ਹੈ। ਚਾਹੇ ਉਹ ਮਨੁਸ਼ਯ ਰੂਪ ਮੈਂ ਹੋ, ਜੀਵ ਜੰਤੂ ਕੇ ਰੂਪ ਮੈਂ ਹੋ, ਪਸ਼ੂ ਕੇ ਰੂਪ ਮੈਂ ਹੋ, ਕਿਸੀ ਵੀ ਰੂਪ ਮੈਂ ਹੋ, ਲੇਕਿਨ ਮਾਂ ਕੇ ਗਰਭ ਸੇ ਜਨਮ ਲੈ ਕਰਕੇ ਇਸ ਸੰਸਾਰ ਕੇ ਬੀਚ ਮੇਂ ਆਗਮਨ ਹੋਤਾ ਹੈ, ਆਨਾ ਹੋਤਾ ਹੈ ਔਰ ਜੋ ਇਸ ਸੰਸਾਰ ਕੇ ਬੀਚ ਮੇਂ ਆਇਆ ਹੈ ਉਸਕੋ ਏਕ ਨਾ ਏਕ ਦਿਨ ਇਸ ਸੰਸਾਰ ਕੋ ਛੋੜ ਕਰਕੇ ਜਾਣਾ ਹੋਤਾ ਹੈ, ਯੇ ਵੀ ਸਤਿ ਹੈ। ਲੇਕਿਨ ਪਿਆਰੇ ਸ਼੍ਰੋਤਾਓ, ਦੁੱਖ ਤਬ ਲਗਤਾ ਹੈ ਜਬ ਇੱਕ ਹਸਤਾ ਖੇਲਤਾ ਪਰਿਵਾਰ
जब हंसता खेलता संसार और वो परिवार, खुशियों के दिन हो और खुशियों के दिन के बीच में, खुशी के समय में परिवार हंसता खेलता होता है हर वक्त। और जब कोई आत्मा, कोई पारिवारिक सदस्य उस परिवार में से बिछुड़ करके चला जाता है तो सचमुच में बड़ा कष्ट होता है, बड़ा दुख लगता है। वही मुडरेजा परिवार के बीच में से एक महान देवी, जैसे मैंने आपको बताया कि अपनी 72 साल की आयु को पूरा करके प्रभु के चरणों में विलीन हुई है, उनको श्रद्धांजलि देने के लिए आओ। बड़े सुंदर सुंदर शब्द जो हैं मोतियों के रूप में पिरो करके करुणा रस में ढाला है। कैसे? कि इंसान एक पानी का बुलबुला है। इंसान अपने ऊपर बड़ा गर्व करता है, अभिमान करता है, मैं ये कर दूं, मैं वो कर दूं, लेकिन क्या करे, कर कुछ नहीं सकता, सिर्फ कहने की बातें हैं। लेकिन इंसान का जीवन है क्या? एक पानी के बुलबुले के समान है। कैसे? इंसान अगर तू इस दुनिया में आया है तो अच्छा कर्म करके इस दुनिया को छोड़ करके जा, फिर दुनिया तुझे याद करेगी। कैसे? कर ले भलाई जग में, काम तेरे आएगी, करना गरूर बंदे ये दुनिया सताएगी, आए ये दुनिया सताएगी, नहीं तो क्या होगा। मिट्टी में मिलेगी मिट्टी, पानी में पानी रे, पानी का बबूला बूंदे तेरी जिंदगानी। मिट्टी में मिलेगी मिट्टी, पानी में पानी रे, पानी का बबूला तेरी जिंदगानी है। मिट्टी में मिलेगी मिट्टी, पानी में पानी रे, मिट्टी में मिलेगी मिट्टी, पानी में पानी, तेरी जिंदगानी, पानी का बबूला तेरी जिंदगानी। कर ले भलाई जग में, काम तेरे आएगी, करना करो बंदे ये दुनिया सताएगी, आए ये दुनिया सताएगी। अगर दुनिया में आया है तो अच्छा कर्म कर, भला कर, नहीं तो ये दुनिया किसी की सदी नहीं है।
यहाँ कोई किसी का मित्र नहीं, कोई पुत्र नहीं, कोई पिता नहीं, कोई भाई नहीं, ये सब प्याऊ नाते हैं रिश्ते, मतलब के रिश्ते। कैसे कर ले भलाई जब कम तेरे आएगी है, करना गरूर बंदे ये दुनिया सताएगी है, ये दुनिया सताए। मिट्टी में मिलेगी मिट्टी, पानी में पानी रे, मिट्टी में मिलेगी मिट्टी, पानी में पानी रे, पानी का बबूला बंदे तेरी जिंदगानी, पानी का बबूला पानी तेरी जिंदगानी। क्या कहते हैं कि इंसान इस जीवन में आकर के क्या काम करता है जो पशु करते हैं? खाने पीने में जीवन गुजारते हैं, सजने संवरने में जीवन को गुजार देते हैं, लेकिन सबसे बड़ी सजावट तो उसके नाम की है जिसको हम अपने आप से गवा देते हैं। कैसे? खाना और पीना बंदे पशुओं का काम है, खाना और पीना बंदे ये पशुओं का काम है, देता ना तू नाम बंदे, देता ना तू दान है, देता ना तू दान। नाना और नानी रे, माँ बाप भाई बहन नाना और नानी रे, पानी का बबूला बंदे तेरी जिंदगानी, मिट्टी में मिलेगी मिट्टी, पानी में पानी रे, मिट्टी में मिलेगी मिट्टी, पानी में पानी रे, पानी का तेरी जिंदगानी, तेरी जिंदगानी रे, तेरी जिंदगानी। के पानी के बुलबुला है। किसी भी घर में जब ऐसा मातम का माहौल आ जाता है तो वहां पर कैसा माहौल होता है, रिश्तेदारों के क्या क्या फर्ज होते हैं और कौन कौन कैसे फर्ज को निभाता है, कितने सुंदर माला शब्दों की पिरोई गई है। सब ध्यान दें, बातों को छोड़ दें, शांतिपूर्वक बैठ करके अपने अंतर आत्मा से उस पुण्य आत्मा के लिए श्रद्धांजलि तभी होगी जब हम शांत बैठ करके मन को यहाँ रख करके श्रद्धांजलि देंगे। कैसे? कहते हैं कि मनुष्य है, एक पंच भौतिक शरीर है, पांच वायु, जल वायु अग्नि तेज और आकाश। ये पंच भौतिक शरीर के बीच में जो आवाज आ रही है, जैसे मेरे अंदर से आवाज आ रही है, कहते हैं कमरा है, पक्षी है, ये
ये पक्षी जब उड़ जाता है तो शरीर निर्जीव हो जाता है, धड़ाम करके गिर जाता है। कहते जब ये शरीर गिर जाता है तो फिर रिश्तेदार इस शरीर को क्या करते हैं? बड़े सुंदर शब्द कहें, ध्यान से सुने और बोले भी कैसे। ओ हंसा निकल गया काया से, खाली पड़ी रही। ओ हंसा निकल गया काया से, खाली पड़ी रही तस्वीर। खाली पड़ी रही तस्वीर, हंसा निकल गया काया से, खाली पड़ी रही तस्वीर, पड़ी रही तस्वीर। अपने परिवार बाल बच्चों को पालने पोषने के लिए क्या क्या नहीं करता। यमदूत हो बंदे जाना पड़ा आखिर, हंसा निकल गया काया से, खाली पड़ी रही तस्वीर। हंसा निकल गया काया से, खाली पड़ी रही। बेटा माँ कहते, बेटी माँ, लेकिन होता क्या है? कोई रोए कोई मलमल नहाए, कोई रोए कोई रोता है, कोई चिल्लाता है, कोई उस मिट्टी की देह को हिलाता है झुलाता है, लेकिन वो देह बोलती नहीं है, वो शरीर बोलता नहीं है। कोई क्या करता है, नहलाता है धुलाता है वो मृत शरीर को, और कोई क्या करता है, जिस शरीर को जिन कपड़ों से सारी उम्र ढक करके रखा उनको भी फाड़ देता है। कैसे? कोई रोए कोई मलमल ना है, कोई रोए कोई मलमल ना है, कोई उड़ाए चीर, कोई रोए कोई मलमल ना है, कोई रोए कोई मलमल ना है, कोई उड़ाए चीर। चार भाइयों ने अर्थी उठाई, चार भाइयों ने अर्थी उठाई, पहुंचे गंगा तीर। हंसा क्या करते हैं, कोई रोता है कोई बिलखता है कोई चिल्लाता है, कोई उस शरीर का स्नान करवाता है और कोई तन के कपड़ों को भी फाड़ देता है, और चार बंदूक कंधा लगा करके शमशान भूमि पर पहुंचा देता है। ये शरीर की गति है। कैसे? कोई रो कोई मलमल ना आए, कोई रो
ਕੋਈ ਮਲਮਲ ਨਾ ਕੋਈ ਉਡਾਏ ਜੀ। ਚਾਰ ਭਾਈਆਂ ਨੇ ਅਰਥੀ ਉਠਾਈ, ਚਾਰ ਭਾਈਆਂ ਨੇ ਅਰਥੀ ਉਠਾਈ, ਪਹੁੰਚੇ ਗੰਗਾ ਜੀ। ਹੰਸਾ ਨਿਕਲ ਗਿਆ ਕਾਇਆ, ਖਾਲੀ ਪੜੀ ਰਹੀ ਤਸਵੀਰ। ਹੰਸਾ ਨਿਕਲ ਗਿਆ ਪੜੀ ਰਹੀ ਤਸਵੀਰ। ਉਸਕੇ ਬਾਅਦ ਕਿਆ ਕਿਹਾ ਜਾਂਦਾ ਹੈ, ਸ਼ਮਸ਼ਾਨ ਭੂਮੀ ਪਰ ਚਿਤਾ ਬਣਾ ਦੀ ਜਾਂਦੀ ਹੈ ਔਰ ਇਸ ਸਰੀਰ ਕੋ ਚਿਤਾ ਮੈਂ ਰੱਖ ਦਿਆ ਜਾਂਦਾ ਹੈ। ਫਿਰ ਪੁੱਤਰ ਕਿਆ ਫਰਜ਼ ਅਦਾ ਕਰਤੇ ਹੈ, ਕਹਿੰਦੇ ਗੰਗਾ ਕਿਨਾਰੇ ਚਿਤਾ ਬਣਾਈ, ਗੰਗਾ ਕਿਨਾਰੇ ਚਿਤਾ ਬਣਾ, ਉਸ ਪੇ ਧਰਾ ਯੇ ਸ਼ਰੀਰ। ਗੰਗਾ ਕਿਨਾਰੇ ਚਿਤਾ ਬਣਾਈ, ਗੰਗਾ ਕਿਨਾਰੇ ਚਿਤਾ ਬਣਾ, ਉਸ ਪੇ ਧਰਾ ਯੇ ਸ਼ਰੀਰ। ਬੜੇ ਪੁੱਤਰ ਨੇ ਆਗ ਲਗਾਈ, ਲਾਡਲੇ ਬੇਟੇ ਨੇ ਆਗ ਲਗਾਈ, ਭਸਮ ਹੁਆ ਯੇ ਸ਼ਰੀਰ। ਹੰਸਾ ਨਿਕਲ ਗਿਆ ਕਾਇਆ ਸੇ, ਖਾਲੀ ਪੜੀ ਰਹੀ ਤਸਵੀਰ। ਹੰਸਾ ਨਿਕਲ ਗਿਆ ਕਾਇਆ ਸੇ, ਖਾਲੀ ਪੜੀ ਰਹੀ ਤਸਵੀਰ। ਇਸ ਪ੍ਰਕਾਰ ਸੇ ਪਿਆਰੇ ਸ਼੍ਰੋਤਾਓ, ਇਸ ਸਰੀਰ ਕੀ ਯੇ ਗਤੀ ਹੋਤੀ ਹੈ, ਲੇਕਿਨ ਇਨਸਾਨ ਜੀਤੇ ਜੀ ਕਭੀ ਵੀ ਨਹੀਂ ਸੋਚਦਾ ਕਿ ਇੱਕ ਦਿਨ ਐਸਾ ਵੀ ਹੋਗਾ ਇਸ ਕਿਰਾਏ ਦੇ ਘਰ ਕੋ ਛੋੜ ਕਰਕੇ ਜਾਣਾ ਪੜੇਗਾ। ਇਹ ਕਿਰਾਏ ਦਾ ਮਕਾਨ ਹੈ, ਇੱਕ ਪਕਸ਼ੀ ਹੈ ਇਸ ਡਾਲੀ ਪੇ ਹੈ, ਕੱਲ ਪਤਾ ਨਹੀਂ ਕੌਣ ਸੀ ਡਾਲੀ ਨਸੀਬ ਹੋਗੀ, ਕਿਉਂਕਿ ਜ਼ਿੰਦਗੀ ਇੱਕ ਕਿਰਾਏ ਘਰ ਹੈ। ਇੱਕ ਨਾ ਇੱਕ ਦਿਨ ਬਦਲਣਾ ਪੜੇਗਾ। ਜ਼ਿੰਦਗੀ ਇੱਕ ਕਿਰਾਏ ਕਾ ਘਰ ਹੈ, ਜ਼ਿੰਦਗੀ ਇੱਕ ਕਿਰਾਏ ਕਾ ਘਰ ਹੈ। ਇੱਕ ਨਾ ਇੱਕ ਦਿਨ, ਇੱਕ ਨਾ ਇੱਕ ਦਿਨ, ਇੱਕ ਨਾ ਇੱਕ ਦਿਨ ਬਦਲਣਾ ਪੜੇਗਾ। ਜ਼ਿੰਦਗੀ ਇੱਕ ਕਿਰਾਏ ਕਾ ਘਰ ਹੈ, ਜ਼ਿੰਦਗੀ ਇੱਕ ਕਿਰਾਏ ਕਾ ਘਰ ਹੈ। ਇੱਕ ਨਾ ਇੱਕ ਦਿਨ ਬਦਲਣਾ ਪੜੇਗਾ, ਇੱਕ ਨਾ ਇੱਕ ਦਿਨ ਬਦਲਣਾ ਪੜੇਗਾ।
किराए का घर है, जिंदगी एक किराए का घर है, इतना एक दिन बदलना पड़ेगा, इतना एक दिन बदलना पड़ेगा। मौत जब तुझको आवाज देगी है, मौत जब तुझको आवाज देगी, मौत जब तुझको घर से बाहर निकलना पड़ेगा, मौत जब तुझको आवाज देगी है, मौत जब तुझको आवाज देगी, घर से बाहर निकलना पड़ेगा, घर से बाहर निकलना पड़ेगा। अपनी मिट्टी से कह दे दाग लगने न पाए कफन को, ए लहद अपनी मिट्टी से कह दे, ए लहद अपनी मिट्टी से कह दे, दाग लगने न पाए कफन को, क्योंकि आज ही हमने बदले हैं कपड़े, आज ही हमने बदले हैं कपड़े आज ही हम नहाए हुए हैं। जिंदगी एक किराए का घर है, जिंदगी एक किराए का घर है, इतना एक दिन बदलना पड़े, जिंदगी एक किराए का घर है, एक न एक दिन बदलना पड़ेगा। मौत जब तुझको
जब तुझको आवाज देगी घर से बाहर निकलना पड़ेगा, घर से बाहर निकलना पड़े कि मौत इंसान जब तुझे आवाज देगी तो ये घर छोड़ना पड़ेगा, ये शरीर भी छोड़ना पड़ेगा, ये तन भी छोड़ना पड़ेगा और मिट्टी में मलिन होना ही पड़ेगा। ऐसी गति जो है इस संसार के बीच में इंसान की देह की है और इंसान दावे करता है, इंसान अभिमान करता है, इंसान घमंड में चूर रहता है। बड़े बड़े राजा चले गए, बड़े बड़े बलि, हमारी और आपकी तो हस्ती ही क्या है। राजाधिराज बलि जैसे सबको इसी मार्ग को चुनना पड़ा, सबको सिकंदर जैसे को हाथ खुले छोड़ करके जाना पड़ा। क्यों? क्योंकि परमात्मा सर्वशक्तिमान है, प्रभु ने जो लीला रचाई है उसको बदल नहीं सकता कोई। हमारी और आपकी तो बात ही क्या है। ये संसारिक मेला है और इस संसारिक मेले में इंसान बहुत कुछ करता है, कई पाप करता है, कई उपद्रव करता है, लेकिन आखिरकार होता वही है, वही गति होती है जिस गति से पंच भौतिक शरीर को विलीन होकर के मिट्टी में मिलना पड़ता है, पानी पानी में, हवा हवा में। तो ऐसे इस संसार के बीच में कहते हैं ये पक्षी एक ऐसा है उड़ जाता है, हवा में उड़ जाता है और उड़ने के बाद फिर दोबारा उस घर वापस नहीं आता। कैसे? कि सुबह होती है, शाम होती है, जिंदगी यूं ही तमाम होती जा रही है। कैसे? सुबह सोए उठे, पता नहीं शाम होगी कि नहीं, शाम को सो गए, पता नहीं सुबह होगी या नहीं, ये निश्चित प्रमाण नहीं है। तो कैसे व्यान किया है? जग वाला मेला
ਮਿਲਾ ਬੰਦੇ, ਜਗ ਵਾਲਾ ਮਿਲਾ ਬੰਦੇ, ਥੋੜ੍ਹੀ ਦੇਰ ਦਾ ਹੱਸਦੇ ਆ ਟਾਈਮ ਕੱਢ ਲਓ, ਪਤਾ ਨਹੀਂ ਸਵੇਰ ਦਾ, ਉਹ ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ, ਜਗ ਵਾਲਾ ਮੇਲਾ ਬੰਦੇ, ਥੋੜ੍ਹੀ ਦੇਰ ਦਾ ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ ਦਾ, ਉਹ ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ ਦਾ। ਮਿੱਟੀ ਨੂੰ ਭਰੋਣ ਦਾ ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ ਦਾ, ਹੱਸਦੇ ਆ ਟਾਈਮ ਕੱਢ ਲਓ, ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ, ਜਗ ਵਾਲਾ ਮੇਲਾ, ਥੋੜ੍ਹੀ ਦੇਰ ਦਾ ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ ਦਾ, ਹੱਸਦੇ ਆ ਰਾਤ ਕੱਢ ਲਓ, ਪਤਾ ਨਹੀਂ ਸਵੇਰ। ਛੋਟਾ ਜਿਹਾ ਪੋਰਾ ਇਸ ਪਿੰਜਰੇ ਚ ਬਹਿ ਗਿਆ, ਛੋਟਾ ਜਿਹਾ ਪੰਛੀ ਇਸ ਪਿੰਜਰੇ ਚ ਬਹਿ ਗਿਆ, ਛੋਟਾ ਜਿਹਾ ਪੋਰਾ ਇਸ ਪਿੰਜਰੇ ਚ ਬਹਿ ਗਿਆ, ਉੱਡ ਗਿਆ ਪੰਛੀ ਪਿੰਜਰਾ ਨਿਮਾਣਾ ਹੋ ਕੇ ਰਹਿ ਗਿਆ, ਉੱਡ ਗਿਆ ਪੋਰ ਪਿੰਜਰਾ ਨਿਮਾਣਾ ਹੋ ਕੇ ਰਹਿ ਗਿਆ। ਹੁਣ ਕਾਨੂੰ ਬੰਦੇ ਇਸ, ਹੁਣ ਕਾਨੂੰ ਬੰਦੇ ਮਾਟੀ ਨੂੰ ਭਰੋ ਦਾ।
ਨਹੀਂ ਹੈ, ਕੋਈ ਸਾਥੀ ਨਹੀਂ ਹੈ, ਕੋਈ ਭਾਈ ਨਹੀਂ, ਕੋਈ ਬੰਧੂ ਇਸ ਪਿਆਊ ਸੰਸਾਰ ਹੈ ਔਰ ਪਿਆਊ ਸੰਸਾਰ ਕੇ ਸਭ ਰਿਸ਼ਤੇ ਔਰ ਨਾਤੇ ਹੈ। ਔਰ ਜਬ ਅੰਤਿਮ ਸਮੇਂ ਆ ਜਾਤਾ ਹੈ ਤੋ ਏਕ ਨਾ ਏਕ ਦਿਨ ਇਸ ਸਰੀਰ ਕੋ ਛੋੜ ਕਰਕੇ ਜਾਣਾ ਪੜਤਾ ਹੈ। ਤੋ ਅਬ ਰਸਮ ਉਠਾਲੇ ਕੀ ਰਸਮ ਹੋਗੀ ਔਰ ਹਮਾਰੇ ਬੀਚ ਮੈਂ जैसे कि मुझे जानकारी मिली है कि श्रीमती संतोष कुमारी जी मधरेजा श्री आनंदपुर साहिब जी की कुटिया से उनका बड़ा प्रेम सत्कार उनका आशीर्वाद वहाँ से उनको मिला था लिया था। तो कुटिया से हमारे बीच में आए हुए हैं वो भी अपने वाणी से श्रद्धा सुमन जितनी देर रस्म उठाने की रस्म होगी उसके बाद हमारे बीच में बहुत सारी संस्थाओं के शो प्रस्ताव भी आए होंगे यहाँ से बोले जाएंगे और फिर भगवान श्री की आरती होगी और उसके बाद सब अपने अपने निवास स्थान के लिए विसर्जन करेंगे। तो आनंदपुर साहब को किया जाए ਚਰਨ ਸਰੋਜ ਗੁਰੂ हमारे पूजनीय माता जी संतोष रानी जी जो कि अपनी जीवन यात्रा को संपूर्ण करके श्री सतगुरु देवदाता दयाल जी महाराज जी के चरणों में पहुंच गई हैं। श्री गुरु महाराज जी इस पवित्र आत्मा को अपने चरणों में स्थान दें। इनका श्री गुरु महाराज जी के चरणों में कितना अटूट प्यार, कितनी इनकी श्रद्धा थी, इस छोटी सी जुबान से नहीं कहा जा सकता। हर समय इनके जुबान पर श्री सतगुरु देव महाराज जी का नाम ही रहता था। इतनी इन्होंने भक्ति करी, इतना सिमरन किया जिसका जुबान से वर्णन नहीं हो सकता। ये क्या है प्रेमियों,
ये पिछले जन्मों के शुभ संस्कार होते हैं जो इस जन्म में आकर मानुष जन्म मिला, संत सद्गुरु की शरण प्राप्त हुई और ऊंचे कुल में जन्म हुआ। ये सब क्या है? ये हमारे अच्छे कर्म हैं। महापुरुष अपनी वाणी में कहते हैं, गुर की से मानुष देही पाई, इस देही को सिमरे देव, सो देही भर हर की सेव। गोविंद भजन भूल मत जायो, मानुष जन्म का लाभ उठायो। महापुरुष हम जीवों के प्रति हमें सदा सचेत करते हैं कि हे जीव, तू इस संसार में किस लिए आया है? केवल केवल मालिक का भजन भक्ति करने के लिए। मानुष चोला मिल जाना बड़े भागों की निशानी होती है। कहते हैं, श्वासों की मिली अनमोल पूंजी, इसकी कदर तू जान ले, एक एक श्वास की कीमत भारी, देख जरा पहचान ले। निकल गया जब समय हाथ से, तलिया मल पछताएगा, रोने के सिवाए प्यारे प्राणी कुछ ना हाथ में आएगा। महापुरुष हर पल हर क्षण हम जीवों को चेताते हैं, वो ज्ञान की रोशनी देते हैं कि हे जीव, तू संसार में आया तो किस लिए आया? संसार में आकर तुझे क्या करना था और तू क्या कर रहा है? अपने इन श्वासों से मालिक का सिमरन करें और अपनी तन मन धन को श्री गुरु महाराज जी के चरणों में लगाएं। मानुष जन्म मिल जाना कोई छोटे भागों की बात नहीं होती है। मानुष जन्म मिलना बड़े ही ऊंचे भागों की बात होती है और संत सदगुरु का मिल जाना हुई है। सो प्रेमियों, हमें हर पल हर क्षण मालिक के नाम का स्मरण करना चाहिए, मालिक के चरणों में अपनी लीक को लगाना चाहिए। आए थे इस काम को, भूल गई वो बात, क्या मिलोगे राम से जब खाली दोनों हाथ। कि संसार में आकर अगर जीव ने मालिक की भक्ति नहीं करी, मालिक का स्मरण नहीं किया, तो इस संसार से खाली हाथ जाओगे और जब इस संसार से जाओगे तो मालिक को क्या मुंह दिखाओगे? मालिक की इतनी कृपा हुई हम जीवों पर कि हमें मानव जन्म दिया। मानव जन्म को पाकर के हमें मालिक का सिमरन करना चाहिए, हमें मालिक की सेवा करनी चाहिए। कहते हैं, जग में जीना है भला, जब लग हिरदे नाम, नाम बिना क्या जीवना, सो दारू किसका। जिसने अपनी सुरती को, अपने ध्यान को मालिक के चरणों में लगाया है, मालिक के सिमरन में लगाएं, मालिक की सेवा में लगाएं। महापुरुष ये नहीं कहते कि संसार के काम ना करो, संसार में ना रहो। वो कहते हैं संसार के काम करो, लेकिन काम करते हुए अपने ध्यान को
पानी के चरणों में लगाओ। हमारे पूजनीय माता जी जब भी कुटिया पर आते थे तो उनका ध्यान कहाँ लगा, जो कि बच्चे भी श्री गुरु महाराज जी के चरणों से जुड़े हुए हैं। ये माँ बाप की कमाई होती है जो बच्चों को मिलती है, सो श्री गुरु महाराज जी इस पवित्र आत्मा को अपने चरणों में स्थान दें और इस सारे परिवार को इस दुख सहन करने की शक्ति प्रदान करें। बोल जयकारा बोल मेरे श्री गुरु महाराज जी की। आज श्रीमती संतोष जी दीदी ਜਿਹੜੇ ਕਿ ਸਾਡੇ ਦਰਮਿਆਨ ਨਹੀਂ ਰਹੇ ਉਹਨਾਂ ਦੀ ਯਾਦ ਦੇ ਵਿੱਚ ਸਭਾ ਰੱਖੀ ਗਈ ਹੈ। ਜਦੋਂ ਤੱਕ ਇਨਸਾਨ ਦੀ ਜ਼ਿੰਦਗੀ ਦੇ ਪਲ ਹੈ, ਸਾਹ ਆਉਂਦੇ ਨੇ, ਖਤਮ ਹੋ ਜਾਂਦੇ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਮੇਰਾ ਖਿਆਲ ਪਿਛਲੇ 50 ਸਾਲ ਤੋਂ ਤਕਰੀਬਨ ਇਸ ਪਰਿਵਾਰ ਨਾਲ ਸੰਬੰਧ ਰਿਹਾ ਹੈ ਔਰ ਅੱਜ ਤੱਕ ਇਸੇ ਤਰ੍ਹਾਂ ਰਾਜੂ ਜੀ ਨੇ ਦੋਨੇ ਭਰਾ ਪੂਰਾ ਸਨਮਾਨ ਬਖਸ਼ਦੇ ਹੋਏ ਜਜਮਾਨ ਦਿੰਦੇ ਆ ਰਹੇ ਨੇ। ਤੋ ਅੱਜ ਉਹਨਾਂ ਦੇ ਇਸ ਦੁੱਖ ਵਿੱਚ ਸਾਰਿਆਂ ਨੂੰ ਸ਼ਾਮਿਲ ਹੋ ਕੇ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਏ ਹਾਂ। ਮੇਰੀ ਖੁਦ ਦੀ ਵੀ ਤਬੀਅਤ ਜਿਹੜੀ ਹੈ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਤਿੰਨ ਦਿਨ ਛਿੰਨਮਸਤਕਾ ਮੰਦਰ ਕਮੇਟੀ, ਜੈ ਮਾਤਾ ਧਾਰਮਿਕ ਕਮੇਟੀ, ਛਿੰਨਮਸਤਕਾ ਲੰਗਰ ਕਮੇਟੀ, ਸ਼ਿਵ ਮੰਦਰ ਪ੍ਰਧਾਨ ਸ੍ਰੀ ਜਨਰਲ ਆੜਤੀਆ ਐਸੋਸੀਏਸ਼ਨ, ਸ਼੍ਰੀ ਵਿਸ਼ਵਕਰਮਾ ਦੀ ਮਹਾਨ ਸਭਾ ਔਰ SBS ਨਗਰ ਕੌਂਸਲਰ ਕਮੇਟੀ ਫਗਵਾੜਾ ਔਰ ਮੰਦਰ ਕਮੇਟੀ ਸ਼੍ਰੀ ਸਿੱਧ ਬਾਬਾ ਬਾਲਕ ਨਾਥ, ਇਹ ਸਾਰੇ ਪ੍ਰਸਤਾਵ ਮੇਰੇ ਕੋਲ ਆਏ ਨੇ। ਮੈਂ ਮਾਫ਼ੀ ਚਾਹੂੰਗਾ ਅਗਰ ਕੋਈ ਨਹੀਂ ਪੜ੍ਹਿਆ ਗਿਆ, ਕਿਉਂਕਿ ਜ਼ਿੰਦਗੀ ਇੱਕ ਐਸੀ ਹੈ ਜਿਸ ਨੂੰ ਅਸੀਂ ਚਲਾਉਂਦੇ ਹੋਏ ਅੱਗੇ ਚੱਲ ਰਹੇ ਹਾਂ, ਪਰ ਕਦੋਂ ਪਰਮਾਤਮਾ ਦਾ ਬੁਲਾਵਾ ਆ ਜਾਂਦਾ ਹੈ ਤਾਂ ਇਨਸਾਨ ਜਿਹੜਾ ਹੈ ਸਾਡੇ ਇਸ ਦੁਨੀਆਂ ਨੂੰ ਵਿਛੋੜਾ ਦੇ ਕੇ ਚਲੇ ਜਾਂਦਾ ਹੈ। ਜਿਤਨੇ ਵੀ ਤੁਸੀਂ ਸਾਰੇ ਆਏ ਹੋ, ਮਾਤਾ ਦਾ ਬਹਿਣਾ ਬਜ਼ੁਰਗ ਸਾਰੇ ਦੁੱਖ ਦਾ ਇਸ਼ਤਿਹਾਰ ਕਰਦੇ ਹੋਏ ਆਪਾਂ ਸਾਰੇ ਸ਼ਰਧਾ ਦੇ ਫੁੱਲ ਭੇਂਟਦੇ ਕਰਦੇ ਹੋਏ ਪ੍ਰਭੂ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਪਰਿਵਾਰ ਨੂੰ ਔਰ ਸੰਗੀ ਸਾਥੀ ਜਿਹੜੇ ਨੇ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸ਼ੋਕ ਸਭਾ ਦੇ ਵਿੱਚ ਮੈਂ ਆਏ ਹੋਈ ਮਾਤਰੀ ਸ਼ਕਤੀ, ਮੇਰੇ ਬਜ਼ੁਰਗ, ਮੇਰੇ ਬੰਧੂ, ਮੇਰੇ ਹਮਦਮ ਦੋਸਤ, ਆਓ ਇੱਕ ਮਿੰਟ ਕੇ ਲੀਏ ਇਸ ਦਿਵੰਗਤ ਆਤਮਾ ਕੇ ਪ੍ਰਤੀ ਆਪਣੇ ਆਪਣੇ ਸਥਾਨ ਪਰ ਬੈਠ ਕਰਕੇ ਮੌਨ
और उसके बाद इस मुटरेजा परिवार से ने जो है कुछ शहर की धार्मिक संस्थाओं के लिए दान की राशि निकाली है। मैं यहाँ से बोलूँगा और सब जितने भी प्रतिनिधि जहाँ जहाँ से राशि जिस जिस स्थान के लिए है वो इंद्रजीत कालरा जी से प्राप्त कर लें, उसके बाद भगवान की आरती होगी। गोविंद हरे मुरारी हे नाथ नारायण वासुदेव। बोलो श्री कृष्ण गोविंद हरे मुरारी हे नाथ नारायण वासुदेव। मंदिर पक्काबाग गौशाला गौशाला रोड हनुमान मंदिर कटहरा चौक सिंह सभा गुरुद्वारा नीमावाला चौक आनंदपुर साहिब कुटिया होशियारपुर रोड बुआतंबी शमशान घाट होशियारपुर रोड शिव मंदिर सराय रोड धोबी घाट गीता भवन कटहरा चौक और माता छिन्नमस्तिका मंदिर कटहरा चौक और श्री सिद्ध बाबा बालकनाथ मंदिर कटहरा चौक, इन सभी संस्थाओं के लिए मुटरेजा परिवार की ओर से ये राशि निकाली गई है। कालरा जी इंद्रजीत सिंह से ये प्राप्त कर ले जो भी प्रतिनिधि आए हों। और एक इस परिवार की ओर से सभी के लिए विनती है कि सबके लिए लंगर प्रसाद जो है तैयार किया गया है, सभी प्रसाद ग्रहण करके जाएंगे और आओ, क्योंकि ये श्वास बड़े बहुमूल्य है, ये मिलते नहीं है। कैसे श्वास नु नरोल बंदिया कहते हैं, श्वासों को मत गवाओ, बड़े बहुमूल्य है। श्वास नु नरोल बंदिया नहीं ओ लपने लाल गवाचे तो दुनिया से चला जाता, दोबारा आता नहीं है। प्यारे श्रोताओ श्वासा नो नहीं लपने लाल गवाचे
की आरती करें और फिर आप दोनों भाई जब आरती समाप्त होगी अपने स्थान पर खड़े होकर के सबको यहाँ से नमस्कार करेंगे, उसके बाद वहाँ चले जाएंगे दोनों भाई और सब धीरे धीरे विदा होंगे और सब प्रसाद ग्रहण करके जाएंगे। ओम जय जगदीश हरे, स्वामी जय दीनानाथ हरे, भक्त जनों के संकट दास जनों के क्षण में। ओम जय जगदीश हरे, जो ध्यावे फल भगवन, दुख दिन से मन का सुख संपत्ति कर आवे, श्रद्धा संपत्ति कर आवे, कष्ट मिटे तन का। ओम जय जगदीश हरे, मात पिता तुम मेरे, शरण पड़ूं मैं किसकी भगवन, शरण और ना दूजा, प्रभु बिना और ना कोई, आस करूं मैं जिसकी। ओम जय जगदीश, तुम पूरण परमात्म, तुम अंतर्यामी भगवन, तुम अंतर्यामी पर ब्रह्मा परमेश्वर, पर ब्रह्मा परमेश्वर, तुम सबके स्वामी। ओम जय जगदीश हरे, तुम करुणा के सागर, तुम पालन करता भगवन, तुम रक्षा करता, मैं सेवक प्रभु स्वामी, कृपा करो भरता। ओम जय जगदीश हरे, तुम हो एक अगोचर सबके प्राणपति भगवन, सबके स्वास्थ्यपति, इस बिद मिलूं मैं दयामय, इस बिद मिलूं मैं गोसाई, तुमको मैं। ओम जय जगदीश हरे, दीन बंधु लोग हरता, ठाकुर तुम मेरे, भगवन रक्षक तुम मेरे, अपने हस्त उठाओ, अपने द्वार पड़ा तेरे। ओम जय जगदीश हरे, विषय विकार मिटाओ, पाप हरो देवा भगवन, कष्ट हरो देवा, श्रद्धा भक्ति बढ़ाओ, हृदय प्रेम जगाओ, श्री संतन की सेवा। ओम जय
ਸਾਨੂੰ ਸਭ ਹੈ ਤੇਰਾ, ਭਗਵਾਨ ਸਭ ਕੁਛ ਹੈ ਤੇਰਾ, ਤੇਰਾ ਤੁਝ ਕੋ ਅਰਪਣ, ਤੇਰਾ ਤੇਰੋ ਅਰਪਣ, ਯਾਰਾ ਮੇਰਾ ਓਮ ਜੈ ਜਗਦੀਸ਼ ਹਰਿ। ਸ਼ਾਮ ਸੁੰਦਰ ਆਰਤੀ ਜੋ ਕੋਈ ਨਰ ਗਾਵੇ, ਭਗਵਾਨ ਪ੍ਰੇਮ ਸਹਿਤ ਗਾਵੇ। ਸ਼ਿਵਾਨੰਦ ਸਵਾਮੀ ਭਗਤ ਹਰੋ ਹਰ ਸਵਾਮੀ, ਮਨਵਾਂ ਚਿਤ ਫਲ ਪਾਵੇ, ਓਮ ਜੈ ਜਗਦੀਸ਼ ਹਰਿ। ਜੈ ਜਗਦੀਸ਼ ਹਰਿ ਸਵਾਮੀ, ਜੈ ਜੈ ਦੀਨਾਨਾਥ ਹਰਿ। ਭਕਤ ਜਨੋ ਕੇ ਸੰਕਟ, ਦਾਸ ਜਨੋ ਕੇ ਅਵਗੁਣ, ਸ਼ਰਨ ਦੂਰ ਕਰੋ, ਓਮ ਜੈ ਜਗਦੀਸ਼ ਹਰਿ। ਸ਼ਾਂਤਾਕਾਰੰ ਭੁਜਗ ਸ਼ਯਨੰ ਪਦਮਨਾਭੰ ਸੁਰੇਸ਼ਵੰ ವಿಶ್ವಧಾರಂ ಗಗನ ಸದೃಶಂ ಮೇಘವರ್ಣಂ ಶುಭಾಂಗಂ ಲಕ್ಷ್ಮೀಕಾಂತಂ ಕಮಲನಯನಂ ಯೋಗಿಭಿರ್ಧ್ಯಾನಗಮ್ಯಂ ವಂದೇ ವಿಷ್ಣು ಭವಭೈರನಂ ಸರ್ವಲೋಕೈಕನಾಥನಂ। ಓಂ ಸರ್ವೇ ಭವಂತು ಸುಖಿನಃ, ಸರ್ವೇ ಸಂತು ನಿರಾಮಯಃ।